बाहु की मतलब मैं थे मुंशी लग गए। बादशाह सलामत कहते हैं जे आले जा जे आले जा। आलम बना मैं तेरे को इंसान मंगन आई ना। कोई भांडा लेके आई है ना? एथे की खीर पकाई है और फैसला कराना ही है। क्या मसला है तुम्हारा? आलम बना बाहर चार मुंडे ने मेरे को गाना सुनिए ना मैं पैसे देते नहीं तो बिल्कुल खोल दिए। चार नौजवान लड़कों ने तुम्हारी घड़ी भी छीन ली? हाँ जी। जाके वे किधर घड़ी भी बजा तो नहीं रहे? आजकल नौजवान बड़े तरीके ने, इन्हों दे हाथ लग जावे सही। बड़े 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 जिले लाही निकाले घड़ी भी नमी ला के देनी पैनी। वजह बयान की जाए? बच्चे ने चिपो चिप कर दी। घबराओ नहीं, हम तुम्हें नमी घड़ी ले देंगे। यहाँ आओ। हाय मैं बिस्मिल्लाह काम है मैं जी आ काम मैंने बादशाह सलामत चबलाया वे। शाही इंचार्ज को पेश किया जाए। शाही मुशीर हाजिर हो। शाही मुशीर शाही मुशीर। उनकी तकलीफ है? रोटी छोटी का बंदोबस्त होया? ये दरबारे थे को तेरे पे होदा और सनी रोटी छोटी का बंदोबस्त। हद्दे अदब। गाना जानती हो? हाँ जी क्यों नहीं। गाना आंदा आंदा टुट दिया क्यों हूं मेरा ना ला दी एवं वहम च बह गया बच्चे कोदते रहते ने सलामत मैं अपने फिफरे च कट लवा। पीछे आवाज आ रही है ये इत्थे मरना सी। तू जो मेरे हमेशा कोल रवे वे मैं दुनिया नु के दा परे परे ते खावेंगे कि तू गाना सुनाओ पैगाम न दो। बादशाह सलामत मैं तन दूसरा गाना सुनानी हूं। बढ़िया गाना सुनाओ। हां जी सोने दी नथली असली के नकली सोने दी नथली असली के नकली छक जे करेगा डोलना असा तेरे अल्लाह की कसम गाने दे विच है बादशाह गाने नूं छड्डो टक्कू दा बड़ा मजा है। एक बारी होर हो जावे। वधिया गाना सुनाओ। हाँ जी सुनो। दिल ता पागल है दो कड़ियां रोके चुप कर जाओ जिथे सारी दुनिया टुर गई एवी किधरे टुर टर जाओ। दिल ता पागल है दो कड़ियां रोके चुप कर जाओ मेरे पैसे वापस कर दे मेरा नहीं इरादा तू बड़ी कमजोर अड़िए मेरा वजन ज्यादा। जे मैं तेरे उत्ते डिग पिया तू भी किधरे मर मुर जाऊ। आए तो बगैरत है 500 लेके चुप कर जाऊ। अपने घर का बुआ खुला रखी
ਆਚਾ ਚਾ ਕੇ ਵੜ ਮੁੜ ਜਾਊ ਤੂੰ ਗਿਰਾਹ ਜਦ ਮਰਜ਼ੀ ਆ ਜਾਵੀ ਮਾਸ਼ਾ ਅੱਲਾ ਬਹੁਤ ਅੱਛਾ ਗਾਤੇ ਹੋ ਹਮ ਜਾਣਤੇ ਹੈ ਤੁਮ ਜੱਦੀ ਪੁਸ਼ਤੀ ਆਗਾ ਹੋ ਸਲਮਾ ਆਗਾ ਕੇ ਬੜੇ ਬੇਟੇ ਇਹ ਵੀ ਆਜ ਸੇ ਹਮਾਰੀ ਕਨੀਜ਼ ਹੋਗੀ ਨਹੀਂ ਲੈ ਜਾਓ ਇਸੇ ਔਰ ਸ਼ਾਹੀ ਲਿਬਾਸ ਪਹਿਨਾ ਘੋਰ ਪਏ ਨੇ ਲੈ ਜਾਓ ਇਸੇ ਸ਼ਾਹੀ ਲਿਬਾਸ ਪਹਿਨਾ ਕੇ ਛਿੱਕ ਕੇ ਮੁੜ ਲਾਇਆ ਬਾਦਸ਼ਾਹ ਸਲਾਮਤ ਅੱਜ ਮੈਂ ਲੈ ਜਾ ਚੱਲ ਖੈਰ ਲੈ ਜਾ ਮੈਂ ਦੇਣਾ ਤੁਹਾਨੂੰ ਕੁਛ ਨਹੀਂ ਚੱਲ ਕੋਈ ਨੀ ਮੈਂ ਕਦੋਂ ਦਿੰਦਾ ਕਰਦਾ ਕੀ ਆਪਦਾ ਪ੍ਰਵੀਨ ਦਾ ਬੱਚਾ ਮੇਰੇ ਵੱਲ ਵੇਖ ਨਾ ਮੈਂ ਦੱਸਿਆ ਮੇਰੇ ਵੱਲ ਵੇਖ ਮੈਂ ਦੱਸਿਆ ਇਹ ਨਾਲੇਜ ਦੀ ਗੱਲ ਨੀ ਹੱਦੇ ਅਦਾਬ ਮਾਨ ਸਿੰਘ ਲੈ ਨਾਲ ਹੀ ਬਾਦਸ਼ਾਹ ਚੜ ਜਾਂਦਾ ਜਿੱਲੇ ਲਾਹੀ ਕੀ ਗੱਲ ਹੈ ਲੈਲਾ ਦੀ ਸੁਣਾ ਹਾਂ ਲੈਲਾ ਦੀ ਤੈਨੂੰ ਮੈਂ ਕੀ ਸੁਣਾਵਾਂ ਯਾਰ ਲੈਲਾ ਕੋ ਪੇਸ਼ ਕੀਤਾ ਜਾਏ ਲੈਲਾ ਹਾਜ਼ਰ ਹੋ ਆ ਗਈ ਜੀ ਆ ਗਈ ਅਬ ਮੈਂ ਹੂੰ ਮੇਰੀ ਯਾਦ ਪੀ ਰਾਤੇ ਹੈ ਖੁਦਾ ਹੈ ਯਾ ਕਹੀਂ ਦੂਰ ਸੇ ਗਿਰਤੇ ਹੋਏ ਪੱਤੇ ਕੀ ਸਦਾ ਹੈ ਵੋ ਹੁਸਨ ਹੀ ਥਾ ਜਿਸਨੇ ਯੂਸਫ ਕੋ ਬਿਕਾਇਆ ਵਰਨਾ ਮੰਡੀ ਮੇ ਕਭੀ ਪੈਗੰਬਰ ਵੀ ਬਿਕਾ ਹੈ ਹਮ ਤੁਮਾਰੇ ਹੁਸਨ ਕੇ ਦੀਵਾਨੇ ਹੋ ਗਏ ਹੈ ਹਮ ਤੁਮਾਰੇ ਸ਼ੇਰ ਕੇ ਦੀਵਾਨੇ ਹੋ ਗਏ ਹੈ ਸ਼ੁਕਰੀਆ ਜੋਈਆ ਅਰਜ਼ ਕੀਆ ਹੈ ਕਿਆ ਹੁਆ ਕਲ ਇਹ ਵੀ ਨਾਲ ਸੀ ਅਰਜ਼ ਕੀਆ ਹੈ ਕਿਆ ਹੁਆ ਕਲ ਅਰਜ਼ ਕੀਆ ਹੈ ਕਿ ਕਲ ਚੌਦਵੀਂ ਕੀ ਰਾਤ ਥੀ ਅੱਛਾ ਕਲ ਚੌਦਵੀਂ ਕੀ ਰਾਤ ਥੀ ਟਮ ਟਮ ਹੋਤਾ ਰਹਾ ਕਲ ਚੌਦਵੀਂ ਕੀ ਰਾਤ ਥੀ ਸ਼ਬ ਭਰ ਰਹਾ ਚਰਚਾ ਤੇਰਾ ਤੁਹਾਡੇ ਘਰ ਮੈਂ ਗਿਆ ਸਾ ਹੋ ਗਿਆ ਖਰਚਾ ਮੇਰਾ ਹਾਂਜੀ ਇਹ ਅਰਜ਼ ਦੂਰੋਂ ਨਹੀਂ ਸੀ ਹੋ ਸਕਦਾ ਇਹ ਗੱਲ ਬਾਅਦ ਵਿੱਚ ਤੁਹਾਨੂੰ ਸ਼ੇਰ ਕੋਈ ਸ਼ੇਰ ਸੁਣਾਓ ਹਲੀ ਨਹੀਂ ਆਇਆ ਅੱਛਾ ਦਹੀਂ ਖਾਇਆ ਕਰੋ ਹੱਦੇ ਅਦਾਬ ਇਰਸ਼ਾਦ ਕੀ ਮੰਗਣੀ ਹੋਈ ਇਰਸ਼ਾਦ ਹਮਾਰਾ ਨਾਮ ਇਰਸ਼ਾਦ ਨਹੀਂ ਹੈ ਹਾਂਜੀ ਹਮ ਤੁਹਾਡੇ ਸਾਥ ਬਾਗ ਮੇ ਜਾਣਾ ਚਾਹਤੇ ਹੈ ਮੈਂ ਬਿਲਕੁਲ ਨਹੀਂ ਜਾ ਸਕਤੀ ਵੋ ਇਸ ਲਈ ਕਿ ਮੁਝੇ ਡਰ ਲਗਤਾ ਹੈ ਘਬਰਾਓ ਨਹੀਂ ਬਾਦਸ਼ਾਹ ਦਾ ਡੰਗ ਕੱਢਿਆ ਹੋਇਆ ਲੇਕਿਨ ਫਿਰ ਵੀ ਮੇਰੀ ਇੱਕ ਬਾਤ ਯਾਦ ਰੱਖਣਾ ਬਾਦਸ਼ਾਹ ਦਾ ਡੰਗ ਕੱਢਿਆ ਵੀ ਹੋਵੇ ਦੋ ਤਰ੍ਹਾਂ ਡੰਗ ਕੱਢ ਜਾਂਦਾ ਜ਼ਿਲ੍ਹੇ ਲਾਹੀ ਕੀ ਗੱਲ ਹੈ ਜ਼ਿਲ੍ਹੇ ਲਾਹੀ ਬਾਗ ਦਾ ਮਾਲੀ ਤੁਹਾਨੂੰ ਬੁਲਾਣ ਡਿਆ ਸੀ ਕਿਆ ਹੁਆ ਜ਼ਿਲ੍ਹੇ ਲਾਹੀ ਉਹ ਕਹਿ ਰਿਹਾ ਕਿ ਮੈਂ ਬਾਦਸ਼ਾਹ ਦੇ ਮੂੰਹ ਨਾਲ ਕਢੋਏ ਪੁੱਟਣੇ ਨੇ ਹੱਦ ਅਦਬ ਇਹ ਸ਼ਾਹੀ ਮਹਿਲ ਹੈ ਮੈਂ ਵੀ ਆਪਸੇ ਕੁਝ ਕਹਿਣਾ ਚਾਹਤੀ ਹੂੰ ਅਰਜ਼ ਕਰੋ ਨੌਕਰ ਮੈਂ ਤੁਹਾਡਾ ਤੁਹਾਡੇ ਤੇ ਇੰਨਾ ਬੋਝ ਤੁਸੀਂ ਚਾਰ ਡ੍ਰਿਪਾਂ ਕਿਉਂ ਨਹੀਂ ਲਵਾਉਂਦੇ ਮੈਂ ਬੜੀਆਂ ਬੋਤਲਾਂ ਲਵਾਈਆਂ ਨੇ ਕੋਈ ਫਰਕ ਨਹੀਂ ਪਿਆ ਅੱਛਾ ਪੈਪਸੀ ਦੀ ਲਵਾਉਣੀ ਸੀ ਲਿਆਦਾ ਲੈਲਾ ਹਮ ਤੁਹਾਡੇ ਸਾਥ ਬਾਗ ਮੇ ਜਾਣਾ ਚਾਹਤੇ ਹੈ ਮੈਂ ਨਹੀਂ ਜਾ ਸਕਤੀ ਮੈਂ ਉੱਥੇ ਸਫਾਈ ਕਰਾਂਗਾ ਤੂੰ ਟੁਰੇ ਫਿਰੇ ਲੈਲਾ ਹਮਾਰੇ ਸਾਥ ਬਾਗ ਮੇ ਆਓ ਲੇਕਿਨ ਹਮਾਰੇ ਪੀਛੇ ਪੀਛੇ ਮਤ ਆਨਾ ਕਿਉਂਕਿ ਮੇਰਾ ਕੋਈ ਪਤਾ ਨਹੀਂ ਮੈਂ ਛੱਪੜ ਵਿੱਚ ਵੜ ਜਾਵਾਂ